ਚੋਰ ਅਤੇ ਚੋਰਾਂ ਦੇ ਕਾਰਨਾਮੇ ਤਾਂ ਤੁਸੀਂ ਬਹੁਤ ਸੋਹਣੇ ਹੋਣਗੇ, ਪਰ ਅੱਜ ਸੀਸੀਟੀਵੀ ਤਸਵੀਰਾਂ ਦੇ ਵਿੱਚ ਅਜਿਹਾ ਚੋਰ ਕੈਦ ਹੋਇਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਵੀ ਹੋਵੋਗੇ, ਪਰੇਸ਼ਾਨ ਵੀ। ਦੱਸਦੀਏ ਕਿ ਇੱਕ ਸੇਵਾ ਮੁਕਤ ਅਧਿਆਪਕ ਦੇ ਘਰ ਚੋਰ ਕੰਧ ਟੱਪ ਕੇ ਵੜਿਆ ਔਰ ਆਲੇ ਦੁਆਲੇ ਦੇ ਲੋਕਾਂ ਨੂੰ ਭਿਣਕ ਲੱਗੀ ਤਾਂ ਉਹਨਾਂ ਨੇ ਪੁਲਿਸ ਨੂੰ ਬੁਲਾਇਆ। ਪੁਲਿਸ ਅਤੇ ਆਲੇ ਦੁਆਲੇ ਦੇ ਲੋਕ ਘਰ ਦੇ ਬਾਹਰ ਇਕੱਠੇ ਹੋਏ ਤਾਂ ਚੋਰ ਘਰ ਦੀ ਕੰਧ ਦੇ ਉੱਤੋਂ ਦੀ ਛਾਲ ਮਾਰ ਕੇ ਬਾਹਰ ਆਇਆ ਔਰ ਬਾਹਰ ਖੜੇ ਲੋਕਾਂ ਅਤੇ ਪੁਲਿਸ ਨੂੰ ਧੱਕਾ ਮਾਰ ਕੇ ਇੱਥੋਂ ਫਰਾਰ ਹੋ ਗਿਆ। ਹਾਲਾਂਕਿ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਚੋਰ ਕਿਤੇ ਦੂਰ ਚਲਾ ਗਿਆ ਸੀ। ਔਰ ਫਿਰ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਚੋਰ ਕੱਪੜੇ ਬਦਲ ਕੇ ਫਿਰ ਉਸੇ ਘਰ ਦੇ ਵਿੱਚ ਕੰਧ ਟੱਪ ਕੇ ਦਾਖਲ ਹੋਇਆ। ਪਹਿਲਾਂ ਤੋਂ ਇਕੱਠਾ ਕੀਤਾ ਸਮਾਨ ਇਹ ਚੋਰ ਫਿਰ ਉਸੇ ਹੀ ਤਰ੍ਹਾਂ ਬਾਹਰ ਕੰਧ ਟੱਪ ਕੇ ਲੈ ਕੇ ਆਇਆ। ਆਲੇ ਦੁਆਲੇ ਦੇ ਲੋਕ ਜਦੋਂ ਬਾਹਰ ਨਿਕਲੇ ਉਦੋਂ ਤੱਕ ਇਹ ਚੋਰ ਰਫੂ ਚੱਕਰ ਹੋ ਗਿਆ ਸੀ। ਤਾਂ ਜਲੰਧਰ ਦੇ ਪੌਸ਼ ਕਲੋਨੀ ਦੇ ਵਿੱਚ ਇਹ ਘਟਨਾ ਸਾਹਮਣੇ ਆਈ। ਇੱਕ ਘੰਟੇ ਦੇ ਵਿੱਚ ਵਿੱਚ ਚੋਰ ਕੱਪੜੇ ਬਦਲ ਕੇ ਆਇਆ ਫਿਰ ਉਸੇ ਘਰ ਦੇ ਵਿੱਚ ਵੜਿਆ ਜਿੱਥੇ ਉਸ ਨੂੰ ਪੁਲਿਸ ਅਤੇ ਆਮ ਲੋਕਾਂ ਦੇ ਵੱਲੋਂ ਘੇਰਾ ਪਾਇਆ ਗਿਆ ਸੀ। ਬੜੇ ਹੀ ਸ਼ਾਤਰ ਢੰਗ ਦੇ ਨਾਲ ਇਸ ਚੋਰ ਦੇ ਵੱਲੋਂ ਇਹ ਕਾਰਾ ਕੀਤਾ ਗਿਆ। ਜਦੋਂ ਪਹਿਲਾਂ ਇਹ ਚੋਰੀ ਕਰਨ ਆਇਆ ਤਾਂ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। 20 ਤੋਂ 25 ਮਿੰਟ ਤੱਕ ਪੁਲਿਸ ਇੱਥੇ ਪਹੁੰਚ ਗਈ, ਇਕੱਠ ਹੋ ਗਿਆ ਔਰ ਭਰੇ ਇਕੱਠ ਦੇ ਵਿੱਚ ਇਹ ਚੋਰ ਕੰਧ ਟੱਪ ਕੇ ਬਾਹਰ ਨਿਕਲਿਆ ਅਤੇ ਧੱਕਾ ਮਾਰ ਕੇ ਪੁਲਿਸ ਅਤੇ ਲੋਕਾਂ ਨੂੰ ਇੱਥੋਂ ਫਰਾਰ ਹੋ ਗਿਆ। ਔਰ ਇਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਪੁਲਿਸ ਦੇ ਹੱਥਾਂ ਦੇ ਵਿੱਚੋਂ ਇਹ ਚੋਰ ਨਿਕਲ ਗਿਆ, ਫਿਰ ਕੱਪੜੇ ਬਦਲ ਕੇ ਫਿਰ ਉਸੇ ਦੇ ਘਰ ਆਇਆ ਔਰ ਚੋਰੀ ਕੀਤਾ ਸਮਾਨ ਮੁੜ ਤੋਂ ਚੁੱਕ ਕੇ ਫਰਾਰ ਹੋ ਗਿਆ। ਜਦੋਂ ਤੱਕ ਇਸ ਦਾ ਪਿੱਛਾ ਲੋਕ ਕਰਨ ਲੱਗੇ ਉਦੋਂ ਤੱਕ ਇਹ ਕਿਤੇ ਦੂਰ ਚਲਾ ਗਿਆ। ਇਸ ਦਾ ਸਾਰਾ ਕਾਰਨਾਮਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਚੋਰ ਅਤੇ ਚੋਰਾਂ ਦੇ ਕਾਰਨਾਮੇ ਤਾਂ ਤੁਸੀਂ ਬਹੁਤ ਸੋਹਣੇ ਹੋਣਗੇ, ਪਰ ਅੱਜ ਸੀਸੀਟੀਵੀ ਤਸਵੀਰਾਂ ਦੇ ਵਿੱਚ ਅਜਿਹਾ ਚੋਰ ਕੈਦ ਹੋਇਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਵੀ ਹੋਵੋਗੇ, ਪਰੇਸ਼ਾਨ ਵੀ। ਦੱਸਦੀਏ ਕਿ ਇੱਕ ਸੇਵਾ ਮੁਕਤ ਅਧਿਆਪਕ ਦੇ ਘਰ ਚੋਰ ਕੰਧ ਟੱਪ ਕੇ ਵੜਿਆ ਔਰ ਆਲੇ ਦੁਆਲੇ ਦੇ ਲੋਕਾਂ ਨੂੰ ਭਿਣਕ ਲੱਗੀ ਤਾਂ ਉਹਨਾਂ ਨੇ ਪੁਲਿਸ ਨੂੰ ਬੁਲਾਇਆ। ਪੁਲਿਸ ਅਤੇ ਆਲੇ ਦੁਆਲੇ ਦੇ ਲੋਕ ਘਰ ਦੇ ਬਾਹਰ ਇਕੱਠੇ ਹੋਏ ਤਾਂ ਚੋਰ ਘਰ ਦੀ ਕੰਧ ਦੇ ਉੱਤੋਂ ਦੀ ਛਾਲ ਮਾਰ ਕੇ ਬਾਹਰ ਆਇਆ ਔਰ ਬਾਹਰ ਖੜੇ ਲੋਕਾਂ ਅਤੇ ਪੁਲਿਸ ਨੂੰ ਧੱਕਾ ਮਾਰ ਕੇ ਇੱਥੋਂ ਫਰਾਰ ਹੋ ਗਿਆ। ਹਾਲਾਂਕਿ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਚੋਰ ਕਿਤੇ ਦੂਰ ਚਲਾ ਗਿਆ ਸੀ। ਔਰ ਫਿਰ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਚੋਰ ਕੱਪੜੇ ਬਦਲ ਕੇ ਫਿਰ ਉਸੇ ਘਰ ਦੇ ਵਿੱਚ ਕੰਧ ਟੱਪ ਕੇ ਦਾਖਲ ਹੋਇਆ। ਪਹਿਲਾਂ ਤੋਂ ਇਕੱਠਾ ਕੀਤਾ ਸਮਾਨ ਇਹ ਚੋਰ ਫਿਰ ਉਸੇ ਹੀ ਤਰ੍ਹਾਂ ਬਾਹਰ ਕੰਧ ਟੱਪ ਕੇ ਲੈ ਕੇ ਆਇਆ। ਆਲੇ ਦੁਆਲੇ ਦੇ ਲੋਕ ਜਦੋਂ ਬਾਹਰ ਨਿਕਲੇ ਉਦੋਂ ਤੱਕ ਇਹ ਚੋਰ ਰਫੂ ਚੱਕਰ ਹੋ ਗਿਆ ਸੀ। ਤਾਂ ਜਲੰਧਰ ਦੇ ਪੌਸ਼ ਕਲੋਨੀ ਦੇ ਵਿੱਚ ਇਹ ਘਟਨਾ ਸਾਹਮਣੇ ਆਈ। ਇੱਕ ਘੰਟੇ ਦੇ ਵਿੱਚ ਵਿੱਚ ਚੋਰ ਕੱਪੜੇ ਬਦਲ ਕੇ ਆਇਆ ਫਿਰ ਉਸੇ ਘਰ ਦੇ ਵਿੱਚ ਵੜਿਆ ਜਿੱਥੇ ਉਸ ਨੂੰ ਪੁਲਿਸ ਅਤੇ ਆਮ ਲੋਕਾਂ ਦੇ ਵੱਲੋਂ ਘੇਰਾ ਪਾਇਆ ਗਿਆ ਸੀ। ਬੜੇ ਹੀ ਸ਼ਾਤਰ ਢੰਗ ਦੇ ਨਾਲ ਇਸ ਚੋਰ ਦੇ ਵੱਲੋਂ ਇਹ ਕਾਰਾ ਕੀਤਾ ਗਿਆ। ਜਦੋਂ ਪਹਿਲਾਂ ਇਹ ਚੋਰੀ ਕਰਨ ਆਇਆ ਤਾਂ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। 20 ਤੋਂ 25 ਮਿੰਟ ਤੱਕ ਪੁਲਿਸ ਇੱਥੇ ਪਹੁੰਚ ਗਈ, ਇਕੱਠ ਹੋ ਗਿਆ
ਔਰ ਭਰੇ ਇਕੱਠ ਦੇ ਵਿੱਚ ਇਹ ਚੋਰ ਕੰਧ ਟੱਪ ਕੇ ਬਾਹਰ ਨਿਕਲਿਆ ਅਤੇ ਧੱਕਾ ਮਾਰ ਕੇ ਪੁਲਿਸ ਅਤੇ ਲੋਕਾਂ ਨੂੰ ਇੱਥੋਂ ਫਰਾਰ ਹੋ ਗਿਆ। ਔਰ ਇਸ ਦਾ ਪੂਰਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ, ਕਿਸ ਤਰੀਕੇ ਦੇ ਨਾਲ ਪੁਲਿਸ ਦੇ ਹੱਥਾਂ ਦੇ ਵਿੱਚੋਂ ਇਹ ਚੋਰ ਨਿਕਲ ਗਿਆ, ਫਿਰ ਕੱਪੜੇ ਬਦਲ ਕੇ ਫਿਰ ਉਸੇ ਦੇ ਘਰ ਆਇਆ ਔਰ ਚੋਰੀ ਕੀਤਾ ਸਮਾਨ ਮੁੜ ਤੋਂ ਚੁੱਕ ਕੇ ਫਰਾਰ ਹੋ ਗਿਆ। ਜਦੋਂ ਤੱਕ ਇਸਦਾ ਪਿੱਛਾ ਲੋਕ ਕਰਨ ਲੱਗੇ ਉਦੋਂ ਤੱਕ ਇਹ ਕਿਤੇ ਦੂਰ ਚਲਾ ਗਿਆ। ਇਸਦਾ ਸਾਰਾ ਕਾਰਨਾਮਾ ਘਰ ਦੇ ਬਾਹਰ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਿਆ।